ਇੰਡੀਆ ਨਿਊਜ਼। ਪਠਾਨਕੋਟ ਦੇ ਵਿੱਚ ਵਣ ਵਪਾਰ ਦੇ ਵੱਲੋਂ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਛੁਡਵਾਏ ਜਾ ਰਹੇ ਨੇ, ਜਿਸ ਕਾਰਨ ਸਰਕਾਰ ਨੂੰ ਕਾਫੀ ਫਾਇਦਾ ਹੋ ਰਿਹਾ। ਦੂਜੇ ਪਾਸੇ ਮਾਮਲਾ ਇਹ ਵੀ ਸਾਹਮਣੇ ਆ ਰਿਹਾ ਕਿ ਵਣ ਵਪਾਰ ਦੇ ਕੁਝ ਅਫਸਰ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕਰਾਉਣ ਦੇ ਵਿੱਚ ਲੱਗੇ ਹੋਏ। ਇੱਦਾਂ ਲੱਗੇ ਤੇ ਜਿੱਦਾਂ ਡੇਰੇ ਲਾਏ ਨੇ ਸਾਹਿਬ। ਨਹੀਂ ਜੀ, ਫਿਰ ਕੀ ਕਰਨਾ, ਜਿੱਦਾਂ ਦੁਨੀਆ ਪਾਏ ਦੇ ਉੱਦਾਂ ਹੀ ਪਾਏ ਦੇ ਸਾਹਿਬ ਜੀ। ਨਹੀਂ ਆਉਂਦੇ, ਉੱਦਾਂ ਪੁੱਛ ਮੰਗਦੇ ਹੈ ਹੀ ਆ, ਸਿਰ ਪਿੱਛਾਂ ਦੀ ਹੋਈ ਜਾਂ ਇੱਦਾਂ ਹੀ ਜੰਗਲਾਤ ਦੀ। ਵੇ ਜਿੱਦਾਂ ਆਉਂਦੇ ਰਹਿੰਦੇ ਨੇ ਜੋ ਇੱਥੇ, ਇਹ ਬਾਹਰੋਂ ਆਇਆ ਦਾ, ਇੱਥੇ ਦਾ ਕੋਈ ਇੱਕ ਅਸੀਂ ਡਾਲੀ ਨਹੀਂ ਛੇੜ ਸਕਦੇ, ਤੁਹਾਨੂੰ ਪਤਾ। ਦੇਖੋ ਕਦੇ ਕੱਟਿਆ ਦਾ, ਉਹ ਬੱਤੀ ਵਾਲਿਆਂ ਨੇ ਆਪੇ ਕਟਾਇਆ ਦਾ, ਉਹ ਪਾ ਰਹੇ ਨੇ ਤੇ ਉੱਥੇ ਲਿਆਈ ਦੇ ਖਿੱਚ ਕੇ ਤਾਰ। ਜਿਹੜੇ ਡੇਰਿਆਂ ਨੂੰ ਕਰਕੇ, ਜਿਹੜੇ ਇਹ ਡੇਰਿਆਂ ਨਾਲ ਗਏ, ਇਹ ਤਾਂ ਘੱਟੋ ਘੱਟ 10 ਸਾਲ ਦੇ ਪਹਿਲਾਂ ਦੇ ਪੀਦੇ ਆ। ਮੈਂ ਤਾਂ ਕਿਸੇ ਦਾ ਡੇਰਾ ਨਾ ਪੈਣ ਦਿੱਤਾ, ਨਵਾਂ ਤਾਂ ਨਾ ਪੈਣ ਦਿਆਂਗਾ। ਜੇ ਤਾਂ ਮੇਰੇ ਕੋਈ ਨਵਾਂ ਪਵੇ ਤਾਂ ਉਹਦੀ ਮੈਂ ਵਾਰੀ ਪਾਈ, ਇਹ ਤਾਂ ਮੇਰੇ ਤੋਂ ਪਹਿਲਾਂ ਆ ਡੇਰੇ। ਇਹ ਤਾਂ ਆਮ ਪਬਲਿਕ ਨੂੰ ਪੁੱਛ ਲਓ, ਇਹ ਤਾਂ ਸਰਪੰਚਾਂ ਨੂੰ ਪੁੱਛ ਲਓ ਵੀ 10 ਸਾਲ ਪਹਿਲਾਂ ਦੇ ਪੀਦੇ ਆ। ਮੈਂ ਤਾਂ ਕਿਸੇ ਦਾ ਨਾ ਡੇਰਾ ਨਾ ਪੈਣ ਦਿੱਤਾ ਤਾਂ ਨਾ ਪੈਣ ਦਿਆਂਗਾ। ਇਹ ਜੰਗਲਾਤ ਵਿਭਾਗ ਦੀ ਜਗ੍ਹਾ ਦੇ ਉੱਤੇ ਡੇਰੇ ਪੈ ਨਹੀਂ ਸਕਦੇ। ਜਿਹੜੇ ਨਵਾਂ ਕੋਈ ਡੇਰਾ ਪਾਏਗਾ ਉਹਨਾਂ 'ਤੇ ਕਾਰਵਾਈ ਕੀਤੀ ਜਾਏਗੀ, ਉਹਦਾ ਨਾਮ ਪੈਣ ਦਿੱਤਾ ਜਾਏਗਾ। ਇਸ ਤੋਂ ਪਹਿਲਾਂ ਮੈਂ ਇੱਥੇ ਇੱਟੀ ਵਿੱਚ ਇੱਕ ਗੁਜਰਾਂ ਦਾ ਡੇਰਾ ਪਿਆ, ਮੈਂ ਪੁਲਿਸ ਨੂੰ ਪਰਚਾ ਦੇ ਕੇ ਉਹ ਡੇਰਾ ਪਟਾਇਆ। ਉਸ ਤੋਂ ਇਲਾਵਾ ਇੱਥੇ ਇੱਕ ਨਵਾਂ ਡੇਰਾ ਪੈਣ ਲੱਗਾ ਸੀ ਤਾਂ ਮੈਂ ਉਹਦਾ ਡੇਰਾ ਪੈਣ ਨਹੀਂ ਦਿੱਤਾ। ਇਹ ਮੇਰੇ ਤੋਂ ਪਹਿਲਾਂ ਪੋਲੀਟੀਕਲ ਦਬਾਅ ਥੱਲੇ ਇਹ ਪਹਿਲਾਂ ਦੇ ਪਏ ਆ ਡੇਰੇ, ਮੈਂ ਕਿਸੇ ਦਾ ਨਵਾਂ ਡੇਰਾ ਨਾ ਪੈਣ ਦਿਆਂਗਾ ਤਾਂ ਨਾ ਪੈਣ ਦਿੱਤਾ। ਖੈਰ ਦੇ ਬੂਟੇ ਜਿਹੜੇ ਕੋਈ ਕਟੋਏ ਆ ਉਹਨਾਂ ਦੇ ਕੋਈ ਚਲਾਨ ਕੱਟਿਆ, ਕੁਝ ਇਹ ਸਪੁਰਦ ਕਰਾਏ ਆ। ਮੈਂ ਗੱਦੀ ਮੇਰੇ ਕੋਈ ਨਹੀਂ, ਮੇਰੇ ਡੇਰੇ ਵਿੱਚ ਕੋਈ ਗੱਦੀ ਨਹੀਂ ਹੈ।